ਕਈ ਵਾਰੀ ਇਹ ਹੋ ਜਾਂਦਾ ਹੈ, ਭੁਲੇਖਾ ਜਿਹਾ ਪੈ ਜਾਂਦਾ ਬੰਦੇ ਨੂੰ, ਜਿਹੜੇ ਪੁਰਾਣੇ ਵੱਡੇ ਬੰਦੇ ਆ ਨਾ, ਜਿਹਨਾਂ ਕੋਲ ਬਹੁਤ ਬੇਸ਼ੁਮਾਰ ਧਨ ਦੌਲਤ ਪੈਸਾ ਪਦਾਰਥ ਹੁੰਦਾ ਹੈ, ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ। ਸੋ ਅੱਜ ਕੱਲ੍ਹ ਕੋਈ ਐਵੇਂ ਨਹੀਂ ਹੈ, ਹਰ ਬੰਦੇ 'ਚ ਦਮ ਵਾਲਾ ਬੰਦਾ ਹੁੰਦਾ। ਰਿਕਸ਼ੇ ਵਾਲੇ ਨਾਲ ਵੀ ਯੱਬ ਪਾ ਲਈਏ ਨਾ ਕਈ ਵਾਰੀ, ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੇ ਵਾਲਾ ਕਮਜ਼ੋਰ ਹੈ ਕਿ ਨਹੀਂ। ਹਜੇ ਤਾਂ ਬੀਜੇਪੀ ਦਾ ਵਿਰੋਧ ਹੋਣਾ, ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਅੰਨਦਾਤਾ ਦੀ ਅਗਵਾਈ ਕਰਨੀ ਚਾਹੀਦੀ ਸੀ। ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜ਼ੋਰ ਲੱਗਿਆ ਪਿਆ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਸਮਝੌਤਾ ਕਰਾਉਣ ਦੇ ਹੱਕ ਦੇ ਵਿੱਚ। ਜੇ ਬੀਜੇਪੀ ਆਪਣੀ ਮੰਗਾਂ ਨਹੀਂ ਮੰਨ ਰਹੀ, ਉਹਦੇ ਵਿਰੋਧ ਦੇ ਵਿੱਚ ਬੀਜੇਪੀ ਦੇ ਬੋਰਡ ਲਗਾਇਆ ਗਿਆ, ਜੋ ਵੀ ਪਿੰਡ ਵਿੱਚ ਬੀਜੇਪੀ ਦੇ ਕਰਮਚਾਰੀ ਕੋਈ ਵੀ ਆਵੇਗਾ, ਉਹ ਆਪਦਾ ਜ਼ਿੰਮੇਵਾਰ ਖੁਦ ਹੋਵੇ। ਵਾਅਦੇ ਕੀਤੇ ਸੀ ਸਰਕਾਰ ਨੇ 2014 'ਚ ਵੀ ਕੀਤੇ, 2017-19 'ਚ ਵੀ ਕੀਤੇ, ਉਹ ਦੁਬਾਰੇ ਉਹਨਾਂ ਤੋਂ ਮੁੱਕਰ ਗਏ ਆ। ਇੱਕ ਸਾਡਾ ਅੰਦੋਲਨ ਚੱਲਿਆ 2 ਸਾਲ, ਉਹਦੇ ਤੋਂ ਵੀ ਉਹਨਾਂ ਨੇ ਲਿਖਤੀ ਰੂਪ 'ਚ ਸਾਨੂੰ ਦੇ ਦਿੱਤਾ, ਪਰ ਉਸ ਤੋਂ ਬਾਅਦ ਉਹ ਉਸੇ ਮੰਗਾਂ 'ਤੇ ਨਹੀਂ ਮੰਨ ਰਹੇ, ਉਹ ਸਾਡਾ ਜਿਹੜਾ ਹੱਕ ਆ ਉਹ ਹੱਕ ਨਹੀਂ ਦੇ ਰਹੇ, ਇਸ ਕਰਕੇ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਾਂ। ਹਜੇ ਵਿਰੋਧ ਹੋਇਆ ਨਹੀਂ, ਹਜੇ ਤਾਂ ਟ੍ਰੇਲਰ ਹੈ, ਹਜੇ ਤਾਂ ਅੱਗੇ ਅੱਗੇ ਵੇਖਣਗੇ। ਬੀਜੇਪੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਹੈ, ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਬਣਾਤਾ ਹੈ, ਜਿਸ ਪ੍ਰਕਾਰ ਦਾ ਦੇਸ਼ ਦੇ ਅੰਨਦਾਤੇ ਨਾਲ ਅਨਿਆਇ ਕੀਤਾ ਹੈ, ਜਿਸ ਪ੍ਰਕਾਰ ਕਿਸਾਨ ਨਿਧੀ ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ। ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ, ਹਜੇ ਹੋਣਾ ਹੈ। ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਹੈ, ਕਿਸੇ ਨੂੰ ਕਮਜ਼ੋਰ ਨਾ ਸਮਝੋ। ਕਈ ਵਾਰੀ ਇਹ ਹੋ ਜਾਂਦਾ ਹੈ, ਭੁਲੇਖਾ ਜਿਹਾ ਪੈ ਜਾਂਦਾ ਬੰਦੇ ਨੂੰ, ਜਿਹੜੇ ਪੁਰਾਣੇ ਵੱਡੇ ਬੰਦੇ ਆ ਨਾ, ਜਿਹਨਾਂ ਕੋਲ ਬਹੁਤ ਬੇਸ਼ੁਮਾਰ ਧਨ ਦੌਲਤ ਪੈਸਾ ਪਦਾਰਥ ਹੁੰਦਾ ਹੈ, ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਹੈ। ਸੋ ਅੱਜ ਕੱਲ੍ਹ ਕੋਈ ਐਵੇਂ ਨਹੀਂ ਹੈ, ਹਰ ਬੰਦੇ 'ਚ ਦਮ ਵਾਲਾ ਬੰਦਾ ਹੁੰਦਾ। ਰਿਕਸ਼ੇ ਵਾਲੇ ਨਾਲ ਵੀ ਯੱਬ ਪਾ ਲਈਏ ਨਾ ਕਿ ਯਾਰੀ, ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੇ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ। ਸੋ ਮੇਰੀ ਬੇਨਤੀ ਹੈ, ਹਜੇ ਤਾਂ ਬੀਜੇਪੀ ਦਾ ਵਿਰੋਧ ਹੋਣਾ ਹੈ, ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਅੰਨਦਾਤਾ ਦੀ ਅਗਵਾਈ ਕਰਨੀ ਚਾਹੀਦੀ ਸੀ। ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜ਼ੋਰ ਲੱਗਿਆ ਪਿਆ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਸਮਝੌਤਾ ਕਰਾਉਣ, ਕਿਉਂਕਿ ਜਾਖੜ ਸਾਹਿਬ ਦੀ ਹੋਣ ਕਿਉਂ ਬਚਣੀ ਤਾਂ ਹੈ ਨਹੀਂ, ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ, ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅੱਧੀ ਸੀਟ ਆ ਜਾਏ, ਤੇ ਨਹੀਂ ਤਾਂ ਜਾਂਦਿਆ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਣੀ ਹੈ। ਜਿਸ ਪ੍ਰਕਾਰ ਦਾ ਬੀਜੇਪੀ ਚ ਅੰਦਰ ਖਾਤੇ ਵਿਰੋਧ ਹੈ, ਜਿਹੜਾ ਸੰਗਠਨ ਹੈ ਉਹ ਸਾਰੇ ਕਹਿ ਰਹੇ ਆ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ, ਜਿੰਨੇ ਵੀ ਸੰਗਠਨ ਦੇ ਲੋਕ ਹੈ ਜਾਂ ਜਿਹੜੇ MLA ਦੇ ਚੋਣ ਲੜੇ, ਕੇਵਲ ਜਾਖੜ ਸਾਹਿਬ ਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਹੈ ਉਹ ਜ਼ੋਰ ਲਾ ਰਹੇ ਹੈ, ਅਦਰਵਾਈਜ਼ ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਗੱਲ ਤੋਂ ਦੁਖੀ ਨੇ। ਸੋ ਇਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਨਾਲ ਗੱਲ ਕੀ ਰਹਿ ਕੀ ਦੇਣਾ ਚਾਹੋਗੇ ਜੇ ਤੁਹਾਡੇ ਨਾਲ ਟੁੱਟ ਕੇ ਜਿਸ ਤਰ੍ਹਾਂ ਗਏ ਬੀਜੇਪੀ ਚ? ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਦੋਂ ਹੀ ਆ ਗਏ, ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ, ਮੈਂ ਰਾਹੁਲ ਜੀ ਨੂੰ ਕਿਹਾ, ਗੁੰਮਰਾਹ ਕਰਕੇ ਲੈ ਗਏ ਸੀ, ਉਹ ਤਾਂ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ। ਹਜੇ ਤਾਂ ਹੋਰ ਆਉਣੇ ਬਾਕੀ ਹੈ, ਤੁਸੀਂ ਦੇਖਿਓ ਹੁੰਦਾ ਕੀ ਹੈ। ਬੀਜੇਪੀ ਦਾ ਵਿਰੋਧ ਅਜੇ ਹੋਇਆ ਨਹੀਂ, ਇਹ ਟ੍ਰੇਲਰ ਹੈ, ਹਜੇ ਤਾਂ ਹੋਏਗਾ। ਹਾਂਜੀ, ਕੀ ਨਾਮ ਹੈ ਤੁਹਾਡਾ? ਰਮੇਸ਼। ਤੁਸੀਂ ਕੀ ਕਹਿਣਾ ਚਾਹੋਗੇ ਦਾ ਬੋਰਡ ਆ ਜੀ? ਇਹ ਸਾਰੇ ਨਗਰ ਦੇ ਉਦਯੋਗ ਨਾਲ ਇਹ ਬੋਰਡ ਲਗਾਇਆ ਗਿਆ ਹੈਗਾ, ਜੋ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਆ ਆਪਣੇ ਕਿਸਾਨ ਯੂਨੀਅਨ ਦੇ,
ਉਹਦੇ ਕਰ ਉਹਦੇ ਹੱਕ ਦੇ ਵਿੱਚ ਜਿਵੇਂ ਬੀਜੇਪੀ ਆਪਾਂ ਮੰਗਾਂ ਨਹੀਂ ਮੰਨ ਰਹੀ ਉਹਦੇ ਵਿਰੋਧ ਦੇ ਵਿੱਚ ਬੀਜੇਪੀ ਦੇ ਵੋਟ ਲਗਾਇਆ ਗਿਆ ਜੋ ਵੀ ਪਿੰਡ ਵਿੱਚ ਬੀਜੇਪੀ ਦੇ ਕਰਮਚਾਰੀ ਕੋਈ ਵੀ ਆਵੇਗਾ ਉਹ ਆਪਦਾ ਜ਼ਿੰਮੇਵਾਰ ਖੁਦ ਹੋਵੇ। ਮੇਰਾ ਨਾਮ ਰਖਪਾਲ ਸਿੰਘ ਹੈ ਪਿੰਡ ਭਾਰੂ ਹੈ। ਕੀ ਕਹਿਣਾ ਚਾਹੁੰਦੇ ਬਾਈ ਜੀ ਇੱਕ ਬੋਰਡ ਲਗਾਇਆ ਗਿਆ ਜੀ ਹੈ ਕੀ? ਇਹ ਸਮੂਹ ਨਗਰ ਵੱਲੋਂ ਲਗਾਇਆ ਗਿਆ ਇਹ ਬੋਰਡ ਇਸ ਕਰਕੇ ਲਗਾਇਆ ਗਿਆ ਜੋ ਉੱਥੇ ਕਿਸਾਨ ਸਾਡੇ ਸਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਸਰਕਾਰ ਨਹੀਂ ਮੰਨ ਰਹੀ ਜਿਹੜੀ ਉਹ ਵਾਅਦੇ ਕੀਤੇ ਸੀ ਸਰਕਾਰ ਨੇ 2014 ਚ ਵੀ ਕੀਤੇ 2017-19 ਚ ਵੀ ਕੀਤੇ ਉਹ ਦੁਬਾਰੇ ਉਹਨਾਂ ਤੋਂ ਮੁੱਕਰ ਗਏ ਆ। ਇੱਕ ਸਾਡਾ ਅੰਦੋਲਨ ਚੱਲਿਆ 2 ਸਾਲ ਉਹਦੇ ਤੋਂ ਵੀ ਉਹਨਾਂ ਨੇ ਲਿਖਤੀ ਰੂਪ ਚ ਸਾਨੂੰ ਦੇ ਦਿੱਤਾ ਪਰ ਉਹ ਤੋਂ ਬਾਅਦ ਉਹ ਉਸੇ ਮੰਗਾਂ ਤੇ ਨਹੀਂ ਮੰਨ ਰਹੇ ਉਹ ਸਾਡਾ ਜਿਹੜਾ ਹੱਕ ਆ ਉਹ ਹੱਕ ਨਹੀਂ ਦੇ ਰਹੇ ਇਸ ਕਰਕੇ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਾਂ ਇਸ ਕਰਕੇ ਅਸੀਂ ਇਹ ਬੋਰਡ ਲਗਾਇਆ। ਜਿਵੇਂ ਆਉਂਦਾ ਬਾਈ ਜੀ ਲੀਡਰ ਦਾ ਕਿਸੇ ਉਹਦਾ ਵਿਰੋਧ ਕੀਤਾ ਜਾਊਗਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾਊਗਾ ਉਹਦਾ ਕੋਈ